जी सब तो पहला तुसी एक चीज पता कर लो जी, जनरल लीनियर ग्रुप ऑफ ऑर्डर एन, ठीक है जी, जनरल लीनियर ग्रुप ऑफ ऑर्डर एन, इनू डिनोट किदा करांगे जी, एदा जी एल लिख के एन कोमा, ठीक है, ए आर मतलब रियल्स, इथे आर दा मतलब रियल्स हैगा जी, ठीक है, इन दे विच की होनगिया मैट्रिसेस होनगिया, ठीक है जी, मैट्रिसेस होनगिया किन्ने क्रॉस किन्ने दियां होनगिया जी, एन क्रॉस एन दियां होनगिया, ठीक है, तां ਉਹਨਾਂ ਦੀ ਜਿਹੜੀਆਂ ਐਂਟਰੀਜ਼ ਨੇ ਉਹ ਸਾਰੀਆਂ ਦੇ ਸਾਰੀਆਂ ਕਿੱਥੋਂ ਆਣਗੀਆਂ, ਰੀਅਲਸ ਚੋਂ ਨੰਬਰ 2, ਤੇ ਇਹਦੇ 'ਚ ਸਾਰੀਆਂ ਨੋਨ ਸਿੰਗੁਲਰ ਮੈਟ੍ਰਿਸਿਸ ਹੋਣਗੀਆਂ, ਠੀਕ ਹੈ, ਕਿਹੜੀਆਂ ਮੈਟ੍ਰਿਸਿਸ ਹੋਣਗੀਆਂ ਜੀ, ਨੋਨ ਸਿੰਗੁਲਰ, ਜਿਨ੍ਹਾਂ ਦਾ ਦੇਖੋ ਜਿੰਦਾ ਡਿਟਰਮੀਨੈਂਟ ਨੋਟ ਇਕੁਅਲ ਟੂ 0, ਉਹ ਕਿਹੜੀ ਮੈਟ੍ਰਿਕਸ ਹੋ ਜਾਣੀ ਹੈ ਜੀ, ਨੋਨ ਸਿੰਗੁਲਰ ਮੈਟ੍ਰਿਕਸ, ਠੀਕ, ਤਾਂ ਤੁਸੀਂ ਧਿਆਨ ਨਾਲ ਦੇਖ ਲਓ ਇਹ ਮਤਲਬ ਸਭ ਤੋਂ ਪਹਿਲਾਂ ਇਹ ਦੇਖ ਲਓ ਇਹ ਗਰੁੱਪ ਬਣਾਉਂਦਾ, ਬਿਲਕੁਲ ਗਰੁੱਪ ਬਣੇਗਾ ਹੀ ਬਣੇਗਾ, ਆਪਰੇਸ਼ਨ ਕਿਹੜਾ ਲੈਣਾ ਜੀ, ਇਹਦੇ ਚ ਆਪਰੇਸ਼ਨ ਲੈਣਾ ਆਪਾਂ, ਆਪਰੇਸ਼ਨ ਲੈਣਾ ਜੀ ਆਪਾਂ, ਜੀ ਸਦ ਕੇ ਆਪਾਂ ਮਲਟੀਪਲਾਈਕੇਸ਼ਨ ਲੈਣਾ ਹੈ ਜੀ, ਠੀਕ ਹੈ, ਮਲਟੀਪਲਾਈਕੇਸ਼ਨ ਆਫ ਮੈਟ੍ਰਿਸਿਸ, ਜਾਂ ਮੈਂ ਵਰਡ ਯੂਜ਼ ਕਰਾਂ ਯੂਜ਼ੁਅਲ, ਯੂਜ਼ੁਅਲ ਜੋ ਤੁਸੀਂ ਸ਼ੁਰੂ ਤੋਂ ਮੈਟ੍ਰਿਸਿਸ ਦੀ ਮਲਟੀਪਲਾਈਕੇਸ਼ਨ ਕਰਦੇ ਆਏ ਹੋ, ਠੀਕ ਹੈ, ਨੋਨ ਐਮਪਟੀ ਕਿਵੇਂ ਹੋਏਗਾ, ਦੇਖੋ ਆਇਡੈਂਟੀ ਜਿਹੜੀ ਆਇਡੈਂਟੀ ਮੈਟ੍ਰਿਕਸ ਹੈਗੀ ਹੈ, ਠੀਕ ਹੈ, ਆਇਡੈਂਟੀ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਹੁੰਦਾ, 1 ਹੁੰਦਾ ਹੈ, ਤਾਂ 0 ਦੇ ਇਕੁਅਲ ਤਾਂ ਨਹੀਂ ਹੋਇਆ, ਸੋ ਦੇਅਰਫੋਰ ਆਇਡੈਂਟੀ ਮੈਟ੍ਰਿਕਸ ਇਸ ਸੈੱਟ ਨੂੰ ਜ਼ਰੂਰ ਬਿਲੋਂਗ ਕਰੇਗੀ, ਠੀਕ ਹੈ, ਜਿੰਦੇ ਚ ਨੋਨ ਸਿੰਗੁਲਰ ਮੈਟ੍ਰਿਸਿਸ ਪਈਆਂ ਨੇ, ਤਾਂ ਨੋਨ ਐਮਪਟੀ ਹੋ ਗਿਆ, ਠੀਕ ਹੈ, ਨੋਨ ਐਮਪਟੀ ਹੋ ਗਿਆ, ਉਸ ਤੋਂ ਬਾਅਦ ਦੇਖੋ ਕਲੋਜ਼ਰ ਪ੍ਰੋਪਰਟੀ ਤੇ ਚੱਲੀਏ, ਕਲੋਜ਼ਰ ਪ੍ਰੋਪਰਟੀ ਦੇ ਵਿੱਚ ਕੀ ਹੋਏਗਾ, ਲੈਟ ਤੁਸੀਂ ਦੋ ਮੈਟ੍ਰਿਸਿਸ ਮੰਨ ਲਓ ਜੀ A ਤੇ B, ਇਹਦੇ ਵਿੱਚੋਂ ਇਸ ਸੈੱਟ ਵਿੱਚ ਦੋ ਮੈਟ੍ਰਿਸਿਸ ਲੈ ਲਈਆਂ, ਤਾਂ ਪੱਕੀ ਗੱਲ ਹੈ ਦੋਨਾਂ ਦਾ ਡਿਟਰਮੀਨੈਂਟ ਕੀ ਹੋਵੇਗਾ ਜੀ, ਨੋਟ ਇਕੁਅਲ ਟੂ 0, ਠੀਕ ਹੈ ਜੀ, ਹੁਣ AB ਦਾ ਡਿਟਰਮੀਨੈਂਟ ਦਾ ਫਾਰਮੂਲਾ ਤੁਹਾਨੂੰ ਬੜੇ ਜਣਿਆਂ ਨੂੰ ਪਤਾ ਹੀ ਹੋਏਗਾ ਵੀ ਇਹਨੂੰ ਆਪਾਂ ਲਿਖ ਸਕਦੇ ਹਾਂ ਡਿਟਰਮੀਨੈਂਟ ਆਫ A ਇਨਟੂ ਡਿਟਰਮੀਨੈਂਟ ਆਫ ਬੀ, ਬਈ ਨਾ ਤਾਂ ਪਹਿਲਾ ਜੀਰੋ ਨਾ ਤਾਂ ਦੂਜਾ ਜੀਰੋ, ਫਿਰ ਕੀ ਹੋਏਗਾ ਵੀ ਮਲਟੀਪਲੀਕੇਸ਼ਨ ਕਿੱਥੋਂ ਜੀਰੋ ਹੋ ਜਾਏਗੀ, ਸੋ ਦੇਅਰਫੋਰ A ਤੇ B, ਇਹ ਵੀ ਕਿਹਨੂੰ ਬਿਲੋਂਗ ਕਰ ਗਿਆ ਜੀ, ਏਸੀ ਸੈੱਟ ਨੂੰ ਬਿਲੋਂਗ ਕਰ ਗਿਆ, ਜਰਨਲ ਲੀਨੀਅਰ ਵਾਲੇ ਸੈੱਟ ਨੂੰ ਬਿਲੋਂਗ ਕਰ ਗਿਆ, ਠੀਕ ਹੈ, ਅਸੋਸੀਏਟਿਵ ਵੱਲ ਚੱਲੀਏ, ਅਸੋਸੀਏਟਿਵ ਤਾਂ ਬਹੁਤ ਸਿੰਪਲ ਹੈ, ਕੋਈ ਤਿੰਨ ਐਲੀਮੈਂਟ ਲੈ ਲਓਗੇ ਜੀ ਤੁਸੀਂ, ਲੈਟ ABC ਬਿਲੋਂਗਸ ਟੂ ਦਿਸ ਸੈੱਟ, ਤਾਂ ਪਹਿਲਾਂ ਦੋ ਨੂੰ ਆਪਰੇਟ ਕਰੋਗੇ ਫਿਰ ਤੀਜਾ ਆਪਰੇਟ ਕਰੋਗੇ ਤਾਂ ਵੀ ਉਹੀ ਆਨਸਰ ਆਉਣਾ ਜਿਹੜਾ ABC ਕਰਨ ਤੇ ਆਏਗਾ, ਜਾਂ ਤੁਸੀਂ ਪਿਛਲੇ ਦੋ ਨੂੰ ਆਪਰੇਟ ਕਰ ਲੋਗੇ ਫਿਰ A ਨੂੰ ਆਪਰੇਟ ਕਰੋਗੇ ਉਹੀ ਆਨਸਰ ਆਵੇਗਾ, ਠੀਕ ਹੈ, ਜਾਂ ਤੁਸੀਂ ਅਸੋਸੀਏਟਿਵ ਦੇ ਵਿੱਚ ਸਿੱਧਾ ਲਿਖ ਸਕਦੇ ਹੋ ਵੀ ਕਲੀਅਰਲੀ ਅਸੋਸੀਏਟਿਵ ਹੋਲਡ, ਠੀਕ ਹੈ, ਨੰਬਰ ਨਹੀਂ ਕੱਟੇ ਜਾਣਗੇ, ਨੰਬਰ 3 ਤੇ, ਠੀਕ ਹੈ ਜੀ, ਅੱਗੋ ਆਇਡੈਂਟੀ ਵਾਲੀ ਗੱਲ ਕਰ ਲਈਏ ਸ਼ੁਰੂ ਜੀ, ਇਹਦੇ 'ਚ ਆਇਡੈਂਟੀ ਕੀ ਹੋਏਗੀ, ਤਾਂ ਬੜੇ ਜਣਾਂ ਨੂੰ ਪਤਾ ਚੱਲ ਹੀ ਗਿਆ ਹੋਣਾ ਵੀ ਆਪਰੇਸ਼ਨ ਮਲਟੀਪਲਾਈਕੇਸ਼ਨ ਦਾ ਹੈਗਾ, ਆਪਰੇਸ਼ਨ ਮਲਟੀਪਲਾਈਕੇਸ਼ਨ ਦਾ ਹੈਗਾ, ਇੱਥੇ ਆਇਡੈਂਟੀ ਕੀ ਹੋਏਗੀ, ਇੱਥੇ ਆਇਡੈਂਟੀ ਮੈਟ੍ਰਿਕਸ, ਲੈਟ E ਕੀ ਇੱਥੇ ਆਪਾਂ ਮੰਨ ਲੈਂਦੇ ਹਾਂ ਆਇਡੈਂਟੀ ਮੈਟ੍ਰਿਕਸ ਆਫ ਆਰਡਰ ਐਨ, ਠੀਕ ਹੈ ਜੀ, ਦੈਨ ਤੁਹਾਨੂੰ ਪਤਾ ਹੀ ਹੈ A ਇੰਟੂ I ਕਰੋਗੇ ਕਿਸੇ ਵੀ ਮੈਟ੍ਰਿਕਸ ਨਾਲ, ਆਇਡੈਂਟੀ ਮੈਟ੍ਰਿਕਸ ਮਲਟੀਪਲਾਈ ਕਰੋਗੇ ਫਿਰ A ਹੀ ਆ ਜਾਣਾ, ਭਾਵੇਂ ਖੱਬੇ ਪਾਸੇ ਕਰ ਲਓ ਭਾਵੇਂ ਸੱਜੇ ਪਾਸੇ, ਸੋ ਦੇਅਰਫੋਰ I ਇਜ਼ ਦਾ ਆਇਡੈਂਟੀ ਐਲੀਮੈਂਟ, ਠੀਕ ਹੈ, ਨੈਕਸਟ ਇਨਵਰਸ ਦੀ ਗੱਲ ਕਰੀਏ ਬਈ, ਕੋਈ ਵੀ ਤੁਸੀਂ ਮੈਟ੍ਰਿਕ ਚੱਕੋਗੇ ਇਸ ਸੈੱਟ ਚੋਂ, ਠੀਕ ਹੈ, ਤਾਂ ਉਹਦਾ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਹੋਏਗਾ, ਨੋਟ ਇਕੁਅਲ ਟੂ 0, ਸੋ ਓਬਵੀਅਸਲੀ ਓਬਵੀਅਸਲੀ A ਇਨਵਰਸ ਐਗਜ਼ਿਸਟ ਕਰੇਗਾ, ਠੀਕ ਹੈ, A ਇਨਵਰਸ ਐਗਜ਼ਿਸਟ ਕਰੇਗਾ, ਐਂਡ A ਇਨਵਰਸ ਦਾ ਵੀ ਡਿਟਰਮੀਨੈਂਟ ਕੀ ਹੋਏਗਾ, ਨੋਟ ਇਕੁਅਲ ਟੂ 0, ਸੋ ਦੇਅਰਫੋਰ A ਇਨਵਰਸ ਜਿਹੜਾ ਹੈਗਾ ਏਸੀ ਸੈੱਟ ਨੂੰ ਬਿਲੋਂਗ ਕਰੇਗਾ, ਉਹ ਵੀ ਏਸੀ ਸੈੱਟ ਨੂੰ ਬਿਲੋਂਗ ਕਰੇਗਾ, ਸੋ ਦੇਅਰਫੋਰ ਇਨਵਰਸ, ਦੇਖੋ ਡਿਟਰਮੀਨੈਂਟ ਨੋਟ ਇਕੁਅਲ ਟੂ 0 ਦਿੱਤਾ ਸੀ ਤਾਂ ਵੀ ਇਨਵਰਸ ਤਾਂ ਸਾਰਿਆਂ ਦੇ ਐਗਜ਼ਿਸਟ ਕਰਨੇ ਹੀ ਸੀ, ਹੈ ਨਾ, ਇਨਵਰਸ ਆਫ
एवरी एलिमेंट एग्जिस्ट, ठीक है। तो ये जड़ा ग्रुप हैगा ना, ये जड़ा ग्रुप हैगा, ये देखो ये अबिलियन नहीं हैगा, ये नॉन अबिलियन ग्रुप है। उनका कारण की है, इन मैट्रिसेस ए बी, ठीक है, इज नॉट ऑलवेज इक्वल टू बी ए। तब ये वाला ग्रुप जड़ा हैगा ना, ये मैट्रिक्स ये जड़ा अबिलियन नहीं हैगा, ठीक है। सो देयर फोर ये जड़ा जर्नल लीनियर ग्रुप हैगा। देखो एंट्रीज कितों आ रही है, रियल चो आ रही है, रियल चो, रियल च की है अनगिनत एलिमेंट, इनफाइनाइट है ना। तो ये जरा जनरल लीनियर वाला जरा है ये ग्रुप तो है इनफाइनाइट है, इनफाइनाइट नॉन अबिलियन, इनफाइनाइट नॉन अबिलियन ग्रुप, ठीक है, अंडर मल्टीप्लाइकेशन, अंडर मल्टीप्लाइकेशन, ठीक है जी। आई होप तुहानू यह समझ आ गया होएगा, बहुत ही सौखा सी। तो इन उत्ते आपां क्वेश्चन करने हैं जी, साइक्लिक।